ਜਲਿਆਣਾ ਬਾਗ ਸੀਗਾ ਦੋਸਤ, ਮੈਂ ਤੁਹਾਡਾ ਆਪਣਾ ਮਿਸਟਰ ਮੰਗਲ ਸਾਹਿਬ। ਜਿਹੜੇ ਮੇਰੇ ਚੈਨਲ ਦੇ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਨੂੰ ਸਾਰਾ ਜਲਿਆਣਾ ਬਾਗ ਦਿਖਾਵਾਂਗਾ ਪੂਰਾ ਪੂਰੀ ਜਨਤਾ ਤੱਕ ਬਣੇਗੀ। ਗੋਲੀਆਂ ਲੱਗੀਆਂ ਤਾਂ ਲੋਕ ਵੀ ਦਿਖਾਵਾਂਗੇ ਨਾਲ ਨਾਲ। ਜਲਦੀ ਚੱਲ ਰਿਹਾ ਸੋਹਣਾ ਬਣਿਆ ਆ ਜਿਲ੍ਹਿਆਂ ਵਾਲਾ ਬਾਗ, ਜਿੱਥੇ ਕਿ ਸਾਡੇ ਸ਼ਹੀਦ ਹੋਏ। ਤੁਹਾਨੂੰ ਪੂਰੀਆਂ ਦਿਖਾਵਾਂਗੇ ਵੀਡੀਓ ਦੇ ਵਿੱਚ, ਵੀਡੀਓ 'ਤੇ ਬਣੇ ਰਹੋ। ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਦਿਖਾਵਾਂਗੇ ਆਪਾਂ ਤੁਹਾਨੂੰ ਕਿੱਥੇ ਕਿੱਥੇ ਕਿੱਦਾਂ ਗੁੜੀ ਵਧੀਆ ਸਾਰੀ ਦਿਖਾਵਾਂਗੇ। ਗੋਲੀਆਂ ਲੱਗੀਆਂ ਨੇ ਸ਼ਾਮ ਨੂੰ ਵਜਦੇ, ਪਹਿਲਾ ਦੂਜਾ ਤੀਜਾ ਚੌਥਾ, ਇਹ ਸਾਰੇ ਗੋਲੀਆਂ ਵਾਲੇ ਨਿਸ਼ਾਨ ਨੇ। ਦੂਸਰੇ ਪਾਸੇ ਵੀ ਹੋਈ ਆ, ਦਿਖਾਵਾਂਗੇ ਆਪਾਂ ਹੁਣ ਤੁਹਾਨੂੰ ਹੋਰ ਗੋਲੀਆਂ ਲੱਗੀਆਂ ਖੇੜੀਆਂ, ਉਹ ਵੀ ਦਿਖਾਉਂਦੇ ਹਾਂ ਪਾਲੀ ਕੰਧ 'ਤੇ। Thank you.
ਸੀਗੇ ਜਿੱਦਾਂ ਹੁਣ ਮੇਰੀ ਡੇਟੀ ਗੁਰਜੀ ਇੱਦਾਂ ਨਾ ਮੈਡਮ ਦਾ ਨਿਕੂਗਾ ਆਪਾਂ ਤੁਹਾਨੂੰ ਕਿਉਂ ਦਿਖਾਵਾਂਗੇ ਜਿੱਥੇ ਕੋਈ ਛਾਲਾਂ ਲਾਈਆਂ ਸੀ ਆਜ਼ਾਦੀ ਦੇ ਵੇਲੇ ਅਤੇ ਦਿਖਾਵਾਂਗੇ ਪੂਰਾ ਵੀ ਲੋਕ ਹੂਆ ਜਿੱਦਣ ਲੜਾਈ ਹੋਈ ਸੀ ਇੱਥੇ ਛਾਲਾਂ ਮਾਰੀਆਂ ਸੀ ਅੰਦਰ ਕੀ ਹੋਇਆ ਸੀ ਲਾਈਬ੍ਰੇਰੀ ਜਿਹੜੀ ਇਤਿਹਾਸਿਕ ਫੋਟੋਆਂ ਲੱਗੀਆਂ ਨੇ ਉਹਦੇ ਬਾਰੇ ਆਪਾਂ ਚੱਲਣਾ ਪਾਉਂ ਦੋਨੇ ਲਾਈਬ੍ਰੇਰੀ ਖਾਤੀਆਂ ਦੇ ਹੁਣ ਆਪਾਂ ਚੱਲਦੇ ਅੱਗੇ ਇਹ
ਅਤੇ ਤੁਹਾਨੂੰ ਸਾਰਾ ਹੀ ਭਾਅ ਜੀ ਲੈਣਾ ਬਾਅਦ ਖਾਤਾ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮੇਰੇ ਪਿੰਡ ਵਧੀਆ ਜਿਹੜੀ ਹੈ ਅਤੇ ਹੁਣ ਆਪਾਂ ਜਾਵਾਂਗੇ ਵੀਡੀਓ ਵਾਲਾ ਬਾਗ ਵਿੱਚੋਂ ਬਾਹਰ ਅਤੇ ਬਾਗ ਦਾ ਰਸਤਾ ਤੁਹਾਨੂੰ ਦਿਖਾਉਂਦੇ ਹਾਂ ਇੱਧਰਲੇ ਪਾਸੇ ਇੱਥੋਂ ਅਤੇ ਹੋਈ ਸੀ ਐਂਟਰੀ ਅਤੇ ਸਾਨੂੰ ਇੱਥੋਂ ਬਾਹਰ ਜਾਣਾ ਪਊਗਾ ਮੇਰੇ ਹਿਸਾਬ ਨਾਲ ਸ਼ਾਇਦ ਬਾਹਰ ਚੱਲਦੇ ਹੁਣ ਗੈਲਰੀ ਇੱਧਰ ਵੀ ਆ ਤੁਸੀਂ ਦੇਖ ਸਕਦੇ ਹੋ ਉਹਦੇ ਤੁਹਾਨੂੰ ਤੀਜੀ ਗੈਲਰੀ ਚੌਥੀ ਉੱਧਰ ਦੀ ਆਪਣੀ ਹੋਈ ਸੀ ਅਤੇ ਐਂਟਰ ਦੀ ਇੱਧਰ ਦੀ ਹੈਗਾ ਬਾਹਰ ਜਾਣ ਦਾ ਰਸਤਾ ਬਣਾਇਆ ਨਹੀਂ ਹੁਣ ਪਹਿਲਾਂ ਉੱਧਰ ਦੀ ਬਾਹਰ ਜਾਣ ਦਿੰਦੇ ਸੀ ਅਤੇ ਹੁਣ ਬਾਹਰ ਜਾਣ ਦਾ ਰਸਤਾ ਨਹੀਂ ਵੱਖਰਾ ਬਣਾਉਂਦਾ ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਬਾਹਰ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਫਿਰ ਸਾਡੇ ਜ਼ਰੂਰ ਸਬਸਕ੍ਰਾਈਬ ਕਰਿਓ ਯਾਤਰਾ ਦੀ ਅਗਲੀ ਵੀਡੀਓ ਮਿਲਦੇ ਹਾਂ ਯਾਤਰਾ ਲਈ ਧੰਨਵਾਦ ਅਤੇ ਲਓ ਜੀ ਹੁਣ ਗਿਆ ਬਾਹਰ ਜਾਣ ਦਾ ਰਸਤਾ ਮਿਲਾਂਗੇ ਅਗਲੀ ਵੀਡੀਓ 'ਤੇ ਯਾਤਰਾ ਲਈ ਧੰਨਵਾਦ।